ਬੀਬਾ ਹਰਸਿਮਰਤ ਕੌਰ ਬਾਦਲ ਜਿੱਤਣਗੇ। ਰਾਜਾ ਵੜਿੰਗ ਵੀ ਵਧੀਆ, ਬੀਬਾ ਹਰਸਿਮਰਤ ਕੌਰ ਵੀ ਵਧੀਆ। ਪਹਿਲਾਂ ਬਾਲ ਸਾਹਿਬ ਹੁੰਦੇ ਮੁੱਖ ਮੰਤਰੀ, ਹੁਣ ਕੈਪਟਨ ਬਣੇ, ਕੈਪਟਨ ਨਹੀਂ ਕਰਤਾ। ਜਿੰਨੇ ਬੀਬਾ ਨੇ ਕੰਮ ਕਰੇ ਕੋਈ ਪਿੰਡਾ ਕਰ ਨਹੀਂ ਸਕਦਾ। ਖੈਰ ਖੁੜੇ ਵਰਗੇ ਐਵੇਂ ਫਿਰਦੇ ਜਾਂ ਕਦੇ, ਉਹ ਤਾਂ ਉਹਨੂੰ ਵੀ ਉਹਦਾ ਪੈਸੇ ਭਾਲਦਾ, ਜਿਹੜੀ ਪਾਰਟੀਆਂ ਦੇ ਤੇ ਉੱਧਰ ਹੋ ਜੂਗਾ। ਹਾਂਜੀ, ਬਹੁਤ ਬੱਚੇ ਇੱਥੋਂ ਦੇ ਨੌਕਰੀਆਂ ਲਵਾਏ ਹੈਗੇ ਆ, ਜੋ ਵੀ ਕੀਤਾ ਚੰਗਾ ਹੀ ਕੀਤਾ ਸਾਰੇ ਇਲਾਕੇ 'ਚ। ਹੁਣ ਦਾ ਟਾਈਮ ਆਈ ਤੀ ਤਾਂ ਕੋਈ ਸਮਝ 'ਚੋਂ ਬਾਹਰ ਆ। ਪਿੰਡੇ ਹਰਸਿਮਰ ਧੋਰੀ ਬਾਦਲ ਜਾਂਦੀ ਆਸਮੀ ਦਾ ਯਾਰ, ਅਸੀਂ ਤਾਂ ਬਾਦਲ ਨੂੰ ਜਿਤਾਵਾਂਗੇ। ਕਮਰੇ ਹੋਰ ਆ, ਵਾਟਰ ਬਕਸ ਹੈ ਸਾਡੇ ਹਲਕੇ 'ਚ ਤਾਂ ਕੱਢਤੀ ਬੰਬ ਇਹਨਾਂ ਨੇ। ਇਹਦੀ ਛੱਤ ਲੱਗੀ ਹੈ 500 ਵੋਟ ਸਾਡੇ ਪਿੰਡ 'ਚੋਂ ਵਧੂਗੀ, ਮੇਰੇ ਪਿੰਡ 'ਚੋਂ ਮਨ। ਕਿਹਨੂੰ ਪਊਗੀ? ਹਰਸਿਮਰਤ ਕੌਰ ਨੂੰ। ਕਰੀ ਜਾਂਦੇ ਵਿੱਚ ਨਹੀਂ ਵੀ ਤਾਂ ਵਿੱਚ ਕਰੀ ਵੀ ਜਾਂਦੇ। ਜਿਹਦੇ ਵੀ ਹੋਵੇ ਨਾ ਦੁੱਖ ਸੁੱਖ 'ਚ ਜ਼ਰੂਰ ਬਾਲ ਸਾਹਿਬ ਆਉਂਦੀ ਹੈ। ਜਿੱਤੂਗੀ ਜੀ? ਕਿਉਂ? ਵਧੀਆ ਲੱਗਦੀ ਜੀ ਸਾਨੂੰ, ਵਧੀਆ ਪਸੰਦ ਆ, ਵਧੀਆ ਗੱਲਾਂ ਬਾਤਾਂ ਕਰਦੀ ਹੈ, ਅਸੀਂ ਬੈਠੇ ਰਹਿੰਦੇ ਸਾਰੇ। ਬੇਟਾ ਹੁਣ ਆਪਾਂ ਤਾਂ ਉਹਨੇ ਵੀ ਜਿੱਤਣ ਉਹ। ਹਾਂ, ਕਿਉਂ ਆਉਂਦੇ? ਨਹੀਂ ਆਪਾਂ ਅੱਜ ਪਿੰਡ ਦੇ ਆ ਉਹ। ਜਿੰਨਾ ਚਿਰ ਬਾਬਾ ਬਾਦਲ ਬੈਠਾ ਉਹਨੂੰ ਹਰਾਉਣ ਵਾਲਿਆਂ ਨੇ ਕੋਈ, ਬਸ ਗੱਲ ਨਿਬੜ ਗਈ। ਸਾਡਾ ਤਾਂ ਬਾਦਲ ਹੀ ਹੈ ਬਈ, ਅਸੀਂ ਤੁਹਾਨੂੰ ਜਿਤਾਵਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਅਤੇ ਮੈਂ ਹਾਂ ਜੱਜ ਸਿੰਘ ਚਾਹਲ। ਪੰਜਾਬ ਦੇ ਵਿੱਚ ਚੋਣਾਂ ਹੋਣ ਅਤੇ ਬਾਦਲ ਪਰਿਵਾਰ ਦਾ ਜ਼ਿਕਰ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ। ਅਤੇ ਇਸ ਵਾਰ ਬਠਿੰਡਾ ਲੋਕ ਸਭਾ ਸੀਟ ਤੋਂ ਬਾਦਲ ਪਰਿਵਾਰ ਦੀ ਨੂੰ ਹਰਸਿਮਰਤ ਕੌਰ ਬਾਦਲ ਮੈਦਾਨ ਦੇ ਵਿੱਚ ਬਠਿੰਡੇ ਲੋਕ ਸਭਾ ਸੀਟ ਤੋਂ ਉਤਰੇ ਹੋਏ ਨੇ ਅਤੇ ਅਸੀਂ ਪਹੁੰਚੇ ਹਾਂ ਬਾਦਲ ਪਿੰਡ ਦੇ ਵਿੱਚ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਾਦਲ ਦਾ ਘਰ, ਜਿਹੜਾ ਕਿ ਬਾਦਲ ਪਰਿਵਾਰ ਦਾ ਘਰ, ਇੱਥੇ ਸਾਰੇ ਰਹਿੰਦੇ ਨੇ। ਬਾਦਲ ਪਿੰਡ ਦੇ ਵਿੱਚ ਪਹੁੰਚੇ ਹਾਂ, ਇੱਥੋਂ ਦੇ ਲੋਕਾਂ ਕੋਲੋਂ ਜਾਣਾਂਗੇ ਕਿ ਹਰਸਿਮਰਤ ਕੌਰ ਬਾਦਲ ਦਾ ਬਠਿੰਡਾ ਲੋਕ ਸਭਾ ਸੀਟ 'ਤੇ ਕਿੰਨੀ ਕੁ ਉਹਨਾਂ ਦੀ ਪਕੜ ਮਜ਼ਬੂਤ ਹੈ ਅਤੇ ਕੀ ਕੁਝ ਉਹਨਾਂ ਨੇ ਕੀਤਾ ਕਿ ਉਹ ਦੁਬਾਰਾ ਜਿੱਤ ਸਕਣਗੇ ਜਾਂ ਨਹੀਂ, ਕਿਉਂਕਿ ਬਾਕੀ ਲੋਕ ਸਭਾ ਸੀਟ 'ਤੇ ਵੀ ਅਸੀਂ ਵੱਖਰਾ ਸਰਵੇ ਕੀਤਾ ਹੋਇਆ। ਇਸ ਕਰਕੇ ਬਾਦਲ ਪਿੰਡ ਦੇ ਵਿੱਚ ਸਰਵੇ ਕਰਨ ਦੇ ਲਈ ਪਹੁੰਚੇ ਹਾਂ ਕਿ ਕੀ ਬਾਦਲ ਪਿੰਡ ਅਜੇ ਵੀ ਬਾਦਲ ਪਰਿਵਾਰ ਦੇ ਨਾਲ ਖੜ੍ਹਾ ਹੈ ਜਾਂ ਨਹੀਂ, ਕਿਉਂਕਿ ਮੰਨਿਆ ਜਾਂਦਾ ਹੈ ਕਿ ਕੁਝ ਵੀ ਹੋ ਜਾਵੇ, ਕਿੰਨੀ ਵੀ ਲਹਿਰ ਅਕਾਲੀ ਦਲ ਦੇ ਖਿਲਾਫ ਹੋਵੇ, ਪਰ ਬਾਦਲ ਪਿੰਡ ਹਮੇਸ਼ਾ ਬਾਦਲ ਪਰਿਵਾਰ ਦੇ ਨਾਲ ਹੀ ਖੜ੍ਹਾ ਰਹਿੰਦਾ ਹੈ। ਇਸ ਵਾਰ ਵੀ ਕੀ ਬਾਦਲ ਪਰਿਵਾਰ ਦੀ ਨੂੰ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਤੋਂ ਐਮ ਪੀ ਬਣਨਗੇ? ਬਾਦਲ ਪਿੰਡ ਦੇ ਲੋਕਾਂ ਕੋਲੋਂ ਜਾਣਦੇ ਹਾਂ, ਆਓ ਫਿਰ ਗੱਲਬਾਤ ਕਰਦੇ ਹਾਂ। ਕੀ ਲੱਗਦਾ ਜੀ ਇਸ ਵਾਰ ਬਠਿੰਡੇ ਤੋਂ ਕੀ ਬਣੂਗਾ? ਬੀਬਾ ਹਰਸਿਮਰਤ ਕੌਰ ਬਾਦਲ ਜਿੱਤਣਗੇ। ਕੀ ਕਾਰਨ? ਵਿਕਾਸ ਦਾ ਕਾਰਨ ਹੈ ਜੀ, ਵਿਕਾਸ ਬਹੁਤ ਕੀਤਾ ਉਹਨਾਂ ਨੇ। ਬਾਕੀ ਉਹਨਾਂ ਦੇ ਆਪਣੇ ਸਹੁਰਾ ਸਾਹਿਬ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਆ, ਉਹਨਾਂ ਨੇ ਬਹੁਤ ਵਿਕਾਸ ਕੀਤਾ ਇੱਥੇ। ਅਤੇ ਮੁਕਾਬਲਾ ਕਿਹਦੇ ਨਾਲ ਹੋਊਗਾ? ਮੁਕਾਬਲਾ ਤਾਂ ਰਾਜਾ ਵੜਿੰਗ ਸਾਹਿਬ ਨਾਲ ਹੋਊਗਾ ਜੀ। ਕੈਂਡੀਡੇਟ ਦੋਨੇ ਵਧੀਆ? ਕਿਹੜੇ? ਅਤੇ ਰਾਜਾ ਵੜਿੰਗ ਵੀ ਵਧੀਆ, ਬੀਬਾ ਹਰਸਿਮਰਤ ਕੌਰ ਵੀ ਵਧੀਆ। ਅਤੇ ਕੀ ਲੱਗਦਾ ਕੌਣ ਇਸ ਵਾਰੀ ਬਣੇਗਾ ਐਮ ਪੀ? ਇਹ ਤਾਂ ਕੀ ਕਹਿ ਸਕਦੇ ਹਾਂ ਜੀ, ਅੱਛੇ ਆ ਨੇਤਾ ਦੋਨੇ 'ਚ ਅੱਛੇ। ਬੀਬਾ ਜੀ ਨੇ ਕੰਮ ਕੀਤਾ ਕਿ ਨਹੀਂ 10 ਸਾਲ? ਉਹਨਾਂ ਨੇ ਵੀ ਬਹੁਤ ਵਧੀਆ ਕਰਿਆ ਜੀ, ਜੋ ਉਹਨਾਂ ਦੇ ਧਿਆਨ 'ਚ ਆਇਆ। ਫਿਰ ਜੇ ਵਧੀਆ ਕੀਤਾ ਤਾਂ ਬਣਨਾ ਨਹੀਂ ਚਾਹੀਦਾ ਉਹਨਾਂ ਨੂੰ? ਇਹ ਤਾਂ ਹੁਣ ਲੋਕਾਂ ਦਾ ਕੀ ਕਹਿ ਸਕਦੇ ਹਾਂ ਜੀ, ਤੁਹਾਡੇ ਕੋਲ ਆਏ ਹਾਂ। ਅਸੀਂ ਤਾਂ ਕਹਿੰਦੇ ਹਾਂ ਵਧੀਆ ਨੇਤਾ, ਜੋ ਉਹਨੂੰ ਮੌਕਾ ਦੇਣਾ ਚਾਹੀਦਾ, ਸਾਰੇ ਵਧੀਆ। ਕੀ ਲੱਗਦਾ ਭਾਅ ਜੀ ਤੁਹਾਨੂੰ ਇਸ ਵਾਰੀ ਹਰਸਿਮਰਤ ਕੌਰ ਜੀ ਕਰਨਗੇ ਰਿਪੀਟ ਕਿਵੇਂ? ਹਾਂ ਕਰਨਗੇ ਜੀ, ਜ਼ਰੂਰ ਕਰਨਗੇ। ਕੰਮ ਕਿਵੇਂ ਕੀਤਾ ਉਹਨਾਂ ਨੇ 10 ਸਾਲ? ਕਰੇ ਜੀ, ਵਧੀਆ ਕਰੇ। ਹਾਂ ਹੁਣ ਜੇ ਆਪਾਂ ਦੇਖੀਏ ਤਾਂ ਪਹਿਲਾਂ ਬਾਲ ਸਾਹਿਬ ਹੁੰਦੇ ਸੀ ਮੁੱਖ ਮੰਤਰੀ, ਹੁਣ ਕੈਪਟਨ ਬਣੇ, ਕੈਪਟਨ ਨਹੀਂ ਕਰਤਾ। 2 ਸਾਲ ਹੋ ਗਏ ਸਰਕਾਰ ਆਈ ਨੂੰ, ਕੀ ਕਰਿਆ ਹੋਇਆ? ਇਹਨਾਂ ਨੇ ਕੁਛ ਨਾ ਕੁਛ ਤਾਂ ਕੀਤਾ ਹੀ ਹੈ ਨਾ। ਸਿਮਰਤ ਕੌਰ ਨੇ ਕਰਿਆ ਜਿਹੜਾ ਕੁਛ ਕਰਨਾ ਸੀਗਾ, ਜਿੰਨਾ ਕੁ ਸੀਗਾ ਹੱਥ 'ਚ ਕਰਿਆ ਸਾਰਾ ਕੁਛ। ਸਾਡੇ ਪਿੰਡ ਦੇ ਵਿੱਚ, ਸਾਡੇ ਹਲਕੇ ਦੇ ਵਿੱਚ ਤਾਂ ਬੀਬੇ ਨੂੰ ਅੱਗੇ ਰੱਖਦੇ ਆ ਵੀ ਬੀਬਾ ਹੀ ਬਣੂਗੀ, ਜਦੋਂ ਅਸੀਂ ਕਿੱਧਰ ਵੇਖ ਜਾਣਦੇ ਤਾਂ ਬਣੂਗੀ ਕੀ। ਕੰਮ ਕੀਤਾ ਬੀਬਾ ਨੇ 10 ਸਾਲ? ਬਹੁਤ ਕੰਮ ਕਰੇ ਸਾਡੇ, ਜਿੰਨੇ ਬੀਬਾ ਨੇ ਕੰਮ ਕਰੇ ਕੋਈ ਪਿੰਡ ਕਰ ਨਹੀਂ ਸਕਦਾ। ਅਤੇ ਜਿਹੜੇ ਬਾਲ ਨੇ ਸਾਡੇ ਇਸ ਪਿੰਡ ਦੇ ਵਿੱਚ, ਇਸ ਇਲਾਕੇ ਦੇ ਵਿੱਚ ਜਿੰਨੇ ਕੰਮ ਕਰੇ ਆ, ਕੋਈ ਤੀਜਾ ਬੰਦਾ ਕਰ ਨਹੀਂ ਸਕਦਾ ਆ ਕੇ। ਹਾਂਜੀ, ਪਿੰਡ ਨਾਲ ਹੈ ਮਤਲਬ? ਪਿੰਡ ਨਾਲ ਬੜੇ ਸਰਬੰਧ ਹੈ ਜੀ, ਦੁੱਖ ਸੁੱਖ ਦੇ ਵਿੱਚ ਹਰ ਪੱਖੋਂ ਹਾਜ਼ਰ ਆ ਜੀ ਉਹ।
ਅੱਧੀ ਰਾਤ ਨੂੰ ਸਾਡੇ ਹਾਜ਼ਰ ਹੁੰਦੇ ਆ, ਜੇ ਅਸੀਂ ਹੁਣ ਬੁਲਾ ਲਈਏ ਸਾਡੇ ਘਰ ਹੁਣ ਵੀ ਹਾਜ਼ਰ ਆ ਉਹ ਦੁੱਖ ਦੇ ਵਿੱਚ। ਰਾਜਾ ਵੜਿੰਗ ਆਏ ਸੀ ਕਿਸੇ ਦੇ ਘਰ ਇੱਥੇ ਹੀ ਪਿੰਡ, ਉਹ ਕਹਿੰਦੇ ਕਦੀ ਮਿਲੇ ਨਹੀਂ ਸਾਨੂੰ ਅੱਜ ਤੱਕ। ਜੀ ਉਹ ਨਾ ਕਹਿੰਦੇ ਹੁਣ ਸਾਡੇ ਨਾਲ ਮਿਲਦੇ ਆ, ਅਸੀਂ ਕਿਸੇ ਦਾ ਵਾਅਦਾ ਨਹੀਂ ਕਰ ਸਕਦੇ, ਸਾਡੇ ਨਾਲ ਮਿਲਦੇ ਆ ਜੀ। ਦਿੱਤਣਗੇ ਫਿਰ? ਹਾਂਜੀ। ਕੰਮ ਦੀ ਕੋਈ ਕਮੀ ਨਹੀਂ ਛੱਡੀ ਕਿਸੇ ਚੀਜ਼? ਕਾਂਗਰਸ ਇਸ ਵਾਰ ਪੂਰਾ ਜ਼ੋਰ ਲਾ ਲਈ ਹੈ ਨਾ, ਤਾਂ ਲਾਈ ਜੋਗ ਤਾਂ ਹਰ ਸਾਲ ਲਾਉਂਦੀ ਉੱਦਾਂ ਲਾਏ। ਹਾਂ ਐਸੀ ਅਜੇ ਤਾਂ ਜਿੱਤ ਨਹੀਂ ਸਕਦੀ ਜੀ। ਅੱਛਾ, ਹੋਰ ਤਾਂ ਕਹਿ ਨਹੀਂ ਸਕਦੇ, ਬਾਹਰ ਅੰਦਰ ਗਏ ਨਹੀਂ ਕਿਤੇ। ਅੱਛਾ, ਤੁਹਾਨੂੰ ਕੀ ਲੱਗਦਾ? ਸੈਵਨਥ ਕੋਰ ਬਾਰਲੀ ਜਿੱਤੂਗੇ? ਇੱਥੇ ਕੰਮ ਬਹੁਤ ਕਿਤੇ ਬਾਦ ਸਾਹਿਬ ਨੇ, ਕਾਂਗਰਸ ਤਾਂ ਐਵੇਂ ਰੁਲਦੀ ਫਿਰਦੀ ਵਿਚਾਰੀ, ਹੁਣ ਹੱਥ ਮਾਰਦੀ ਫਿਰਦੀ ਕਿਤੇ ਪਹੁੰਚਾ ਮਾਰ ਲਈਏ, ਪਰ ਨਹੀਂ ਵੱਜਦਾ ਗਾ। ਹੁਣ ਮੋਦੀ ਦੀ ਚੜ੍ਹਾਈ ਕਿ ਨਹੀਂ ਉੱਧਰ, ਐਵੇਂ ਬਾਦ ਸਾਹਿਬ ਦੀ ਚੜ੍ਹਾਈ ਆ, ਇਹਦਾ ਹੱਥ ਮਾਰਦਿਆ ਵੀ ਕਿਤੇ ਹੱਥ ਪਹੁੰਚਾ ਪੈ ਜੇ, ਪਰ ਪਹੁੰਚਾ ਨਹੀਂ ਪੈਂਦਾ, ਇਹਦਾ ਘੋਲੇ ਗਏ ਬਹੁਤ ਭਾਰੀ ਹੋ ਗਏ ਨਾ। ਖੈਰੇ ਨਹੀਂ ਵੀ ਖੜੇ ਆ ਇਸ ਵਾਰ, ਇਸ ਵਾਰ ਖੈਰੇ ਨਹੀਂ ਵੀ ਖੜੇ ਆ, ਖੈਰੇ ਖੁਰੇ ਵਰਗੇ ਐਵੇਂ ਫਿਰਦੇ ਆ ਕਿਤੇ, ਉਹ ਤਾਂ ਉਹਨੂੰ ਵੀ ਉਹਦਾ ਪੈਸੇ ਭਾਲਦਾ ਜਿਹੜੀ ਪਾਰਟੀਆਂ ਦੇ ਤੇ ਉੱਧਰ ਹੋ ਜੂਗਾ। ਖੈਰੇ ਦਾ ਤਾਂ ਐਮ ਐਲ ਏ ਵੀ ਭੱਜ ਗਿਆ ਅੱਜ, ਮਾਨਸਾ ਵਾਲਾ ਖੈਰੇ ਦਾ ਐਮ ਐਲ ਏ ਵੀ ਭੱਜ ਗਿਆ। ਤੂੰ ਐਮ ਪੀ ਕਿਹੜਾ ਬਣੂਗਾ ਇਸ ਵਾਰੀ? ਬੀਬੀ ਬਣੂ ਜੀ। ਕਿਉਂ ਕਹਿ ਲਈਏ, ਕੰਮ ਕੀਤੇ ਉਹਨਾਂ ਨੇ। ਇਸ ਵਾਰ ਕਾਂਗਰਸ ਜ਼ੋਰ ਵਾਲਾ ਲਾ ਰਹੀ, ਰਾਜਾ ਵੜਿੰਗ ਇੱਥੇ ਰਾਤਾਂ ਕੱਟਦਾ ਫਿਰਦਾ ਗਰੀਬਾਂ ਵੱਲ, ਤੂੰ ਕੱਟਣ ਨੂੰ ਕੀ ਹੈ ਜੀ ਭਲੀ, ਮੈਂ ਬਹਿ ਜਾਂ ਜਾ ਕੇ ਗਏ ਤੁਸੀਂ ਸਾਡੇ ਕੋਲ ਆ ਕੇ ਬਣਿਆ। ਤੁਹਾਨੂੰ ਕੀ ਲੱਗਦਾ? ਬਸ ਠੀਕ ਹੈ ਜੀ, ਹੋ ਗਿਆ ਸਰ। ਨਹੀਂ ਨਹੀਂ, ਕੀ ਲੱਗਦਾ ਇਸ ਵਾਰੀ ਬੀਬੀ ਆਉਣਗੇ ਕਿ ਕੋਈ ਚੇਂਜ ਵੀ ਹੋ? ਹਾਂਜੀ, ਬੀਬੀ ਆਉਣਗੇ ਕਿ ਕੋਈ ਚੇਂਜ ਵੀ ਹੋ ਸਕਦਾ ਇਸ ਵਾਰੀ? ਮੈਨੂੰ ਵੀਰੇ ਉੱਚਾ ਹੁੰਦਾ, ਜਿੱਤਣਗੇ ਮੈਂ ਕਿਹਾ ਬੀਬਾ ਇਸ ਵਾਰੀ ਵੀ? ਹਾਂਜੀ ਹਾਂ ਹਾਂ ਜ਼ਰੂਰ, ਇਹਨਾਂ ਦਾ ਪਹਿਰਾ ਬਾਰ ਆਇਆ ਸੀ ਏਰੀਏ ਵਿੱਚ, ਕਿਤੇ ਪਿੰਡ ਦਾ ਬਣਾਉਣੇ। ਤੁਸੀਂ ਪਿੰਡ ਵਾਲਿਆਂ ਕਰਕੇ ਕਹੀ ਜਾਂਦੇ ਕਿ ਸੱਚੀ ਕੀਤੇ ਕੰਮ? ਨਾ ਪਿੰਡ, ਤੁਸੀਂ ਬਾਹਰੋਂ ਪੁੱਛ ਲਿਓ ਪਿੰਡ ਸਾਗੀ, ਹੋਰ ਕਿਤੇ ਪੁੱਛਣਾ ਤੁਸੀਂ? ਕੰਮ ਇਹ ਸਾਰੇ ਕੰਮ ਇਹਨਾਂ ਨੇ ਕੀਤੇ ਆ। ਕਹਿ ਰਹਿਣਾ ਵੀ ਮੂੰਹ ਲਿਆ ਜਾਂਦਾ ਨਾ ਵੀ ਚੱਲ ਪਿੰਡ ਦੇ ਆ। ਨਾ ਨਾ ਕੋਈ ਉਹ ਜਿਹੜਾ ਰਲਿਆ, ਕੀ ਇਹਦਾ ਨਾਂ ਸੀਗਾ? ਜਗਮੀਤ। ਹਾਂ ਜਗਮੀਤ ਬਰਾ ਰਲਿਆ ਸੀ, ਉਦੋਂ ਸੁਖਬੀਰ ਨੂੰ ਹਾਰਿਆ ਸੀ ਉਹਨੇ, ਮੈਂ ਤੁਹਾਡੇ ਪਿੰਡ 'ਚ ਐਂ ਕਰ ਦੂੰ ਜੋ ਕਰ ਦੂੰ ਫਲਾਨਾ, ਅਤੇ ਹੁਣ ਆ ਕਾਲੀਆਂ 'ਚ ਆ ਗਿਆ। ਕਿਉਂ ਆ ਗਿਆ? ਉਹਨੂੰ ਪਤਾ ਵੀ ਕਿਤੇ ਫੋਰਾ ਪੈਂਦਾ ਨਹੀਂ, ਹੁਣ ਕੰਮ ਤਾਂ ਕਿਤੇ ਕਰਦੇ ਨਹੀਂ, ਇਹਨੂੰ ਕਹਿੰਦੇ ਥੋੜ੍ਹੇ ਜਾ ਸਕਦੇ। ਹਾਂ ਵੀ ਚਲੋ ਕਿਹੜੀ ਗੱਲਾਂ, ਪਿੰਡ ਫਿਰ ਨਾਲ ਹੀ ਬੀਬਾ ਜੀ ਦੇ? ਹਾਂਜੀ, ਪਿੰਡ ਨਾਲ ਹੀ ਆ ਫਿਰ ਬੀਬਾ ਜੀ ਦੇ? ਹੋਰ ਪਿੰਡ ਤਾਂ ਨਾਲ ਹੀ ਹੈ, ਪਿੰਡ ਬਾਹਰ ਥੋੜ੍ਹਾ ਹੀ ਜਾਂਦਾ। ਰਾਜਾ ਵੜਿੰਗ ਕਹਿ ਰਹੇ ਸੀ ਨਾ ਕਿ ਪਿੰਡ ਤੋਂ ਪਿੰਡ ਦੇ ਕਹਿੰਦੇ ਦੁਖੀ ਬੜੇ ਆਈ ਜਾਂਦਾ, ਉਹ ਤਾਂ ਆਈ ਜਾਂਦਾ, ਪਿੰਡ 'ਚ ਕੋਈ 5-7-10 ਘਰ ਉੱਧਰ ਵੀ ਹੋ ਜਾਂਦੇ ਆ, ਕੋਈ ਐਡੀ ਕਾਇ ਗੱਲ ਨਹੀਂ, ਪਰ ਤਕਰੀਬਨ ਸਾਰਾ ਪਿੰਡ ਹੀ ਇੱਧਰ ਆ। ਬਠਿੰਡੇ ਤੋਂ ਕੌਣ ਜਿੱਤੂ? ਬੀਬਾ ਹਰਸਿਮਰਤ ਕੌਰ ਬਾਦਲ ਜੀ। ਕੀ ਕਾਰਨ? ਕਾਰਨ ਕਿ ਕੰਮ ਬਹੁਤ ਚੰਗੇ ਕਰਦੇ ਆ। ਹਾਂਜੀ, ਬਹੁਤ ਬੱਚੇ ਇੱਥੋਂ ਦੇ ਨੌਕਰੀਆਂ ਲਵਾਏ ਹੈਗੇ ਆ, ਜੋ ਵੀ ਕੀਤਾ ਚੰਗਾ ਹੀ ਕੀਤਾ ਸਾਰੇ ਇਲਾਕੇ 'ਚ। ਪਿੰਡ ਦੀ ਸੁਣਦੇ ਗਿਣਦੇ ਆ? ਹਾਂ ਹਾਂ, ਪਿੰਡ ਦੀ ਪੂਰੀ ਸੁਣਦੇ ਆ ਜੀ। ਉਹਦੇ ਘਰਾਂ ਘਰਾਂ 'ਚ ਕਿ ਨਹੀਂ ਆਉਂਦੇ? ਹਾਂ ਹਾਂ, ਆਉਂਦੇ ਆ ਘਰਾਂ 'ਚ। ਹਾਂਜੀ, ਪੂਰੀ ਚੰਗੀ ਤਰ੍ਹਾਂ ਸੁਣਦੇ ਆ, ਬਹਿ ਕੇ ਕੋਠੀ 'ਚ ਸਾਧ ਲੈਣ ਉੱਥੇ ਵੀ, ਅਤੇ ਇੱਥੇ ਵੀ, ਘਰੇ ਵੀ। ਜਿਵੇਂ ਕੋਠੀ ਵੜ ਦਿੰਦੇ ਤੁਹਾਨੂੰ? ਹਾਂ ਹਾਂ ਹਾਂ, ਖੁੱਲ੍ਹਾ ਜੀ। ਹਾਂਜੀ, ਬਾਕੀ ਕੋਈ ਪਿੰਡ 'ਚ ਮਰਗ ਵਗੈਰਾ ਹੋ ਜੂ, ਕੋਈ ਬਿਮਾਰ ਸ਼ਮਾਰ, ਉਹਦੀ ਵੀ ਮਦਦ ਕਰਦੇ ਆ ਪੂਰੀ। ਹਾਂ, ਤਾਂ ਕਰਕੇ ਕਹਿੰਦੇ ਜੀ ਬੀਬਾ ਜੀ ਜਿੱਤਣਗੇ। ਅਤੇ ਮੁਕਾਬਲਾ ਕਿਹਦੇ ਨਾਲ ਹੋ ਫਿਰ ਇਸ ਵਾਰੀ? ਮੁਕਾਬਲਾ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਨਾਲ ਜੀ। ਖੜੇ ਨੇ ਰਾਜਾ ਵੜਿੰਗ ਖੜਾਇਆ ਨਾ ਉਹਨਾਂ ਨੇ? ਰਾਜਾ ਵੜਿੰਗ ਨਾਲ, ਸੋਰੀ, ਰਾਜਾ ਵੜਿੰਗ ਨਾਲ। ਹਾਂ, ਬੀਬਾ ਜੀ ਜਿੱਤਣਗੇ ਜੀ ਪੱਕਾ। ਇੱਥੋਂ ਬਾਦਲ ਜਦੋਂ ਲਈ ਜਾਣਗੇ ਜੀ ਹਰਸਿਮਰਤ? ਹਾਂਜੀ, ਇਸ ਪਿੰਡ ਤੋਂ ਲੈਣਗੇ। ਹਾਂਜੀ, ਓਵਰਆਲ ਐਮ ਪੀ ਵੇਖੋ ਜੀ, ਉਹ ਤਾਂ ਨਹੀਂ ਕਹਿ ਸਕਦੇ। ਜਿੱਤੋਗੇ ਵੀ ਸੁਖਬੀਰ ਦੇ ਘਰੋਂ ਜਿੱਤਣਗੇ, ਬੀਬਾ ਹਰਸਿਮਰਤ ਕੌਰ ਜਿੱਤੂਗੀ। ਕੀ ਗੱਲ? ਗੱਲ ਕੀ ਹੈ, ਕੰਮ ਹੀ ਨਹੀਂ ਹੋਏ ਕਾਂਗਰਸ ਨੇ, ਕੋਈ ਕੰਮ ਹੀ ਨਹੀਂ ਕੀਤਾ। ਹਾਂ, ਇਹਨਾਂ ਨੇ ਕੀਤੇ ਕੰਮ? ਕੰਮ ਬਥੇਰੇ ਕੀਤੇ ਇਹਨਾਂ ਨੇ। ਹਾਂ, ਲਾਈਟ ਪਾਣੀ ਦਾ ਜਿਹੜੇ ਕੰਮ ਸੀਗੇ ਸਾਰੇ ਵਧੀਆ ਕੀਤੇ ਆ। ਪਿੰਡ ਦੇ ਕੰਮ ਕਾਰ ਕਰਦੇ, ਲੋਕਾਂ ਨੂੰ ਮਿਲਦੇ ਗਿਲਦੇ? ਬਿਲਕੁਲ, ਵਾਧੂ ਮਿਲਦੇ ਆ, ਵਾਧੂ ਕੰਮ ਕਰਦੇ ਆ। ਤੁਸੀਂ ਕਿੰਨੀ ਵਾਰ ਮਿਲੇ ਹਰਸਿਮਰਤ ਕੌਰ ਬਾਦਲ ਨੂੰ? ਬਥੇਰੇ ਵਾਰੀ ਮਿਲੇ ਆ ਜੀ। ਹਾਂ, ਵਾਧੂ ਵਾਰੀ ਮਿਲੇ ਆ।
ਲੋੜ ਪੈਂਦੀ ਆਉਂਦੇ ਆ? ਬਿਲਕੁਲ ਜੀ ਬਿਲਕੁ�ਲ ਆਉਂਦੇ ਆ, ਹਰ ਦੁੱਖ ਸੁੱਖ 'ਤੇ ਜਾਂਦੇ ਆ ਜੀ। ਪਿੰਡ ਪਿੰਡ ਕੀ ਕਹਿੰਦਾ ਮਤਲਬ? ਪਿੰਡ ਤਾਂ ਨਾ ਹੀ ਕਹੂਗਾ ਜੀ, ਜਿੱਤਾਂਗੇ ਜਿੱਤੂਗਾ ਜੀ। ਹਾਂ ਜੀ, ਸੁਣਦੇ ਕਹਿਣਦੇ ਪਿੰਡ ਵਾਲਿਆਂ ਦੀ? ਹਾਂਜੀ ਹਾਂਜੀ, ਗੱਲ ਸਾਰੀ ਸੁਣਦੇ ਆ ਜੀ ਪਿੰਡ ਵਾਲੇ, ਗੱਲ ਹੀ ਸੁਣਦੇ ਕਿ ਕੰਮ ਵੀ ਕਰਦੇ? ਕੰਮ ਵੀ ਕਰਦੇ ਜੀ ਕੰਮ। ਹਾਂ ਕਰਦੇ ਜੀ। ਤੁਸੀਂ ਮਿਲੇ ਕਦੀ? ਹਾਂਜੀ ਅਸੀਂ ਮਿਲ ਕੇ ਆਏ ਹਾਂ, ਖੁਦ ਮਿਲ ਕੇ ਆਏ ਹਾਂ, ਅਸੀਂ ਜਾ ਕੇ ਆਏ ਹਾਂ ਆਪ ਉਹਨਾਂ ਕੋਲ। ਕਰਦੇ ਹੋ ਮਤਲਬ ਕੰਮ ਕਰ? ਹਾਂਜੀ ਹਾਂਜੀ। 10 ਸਾਲ ਕੀਤਾ ਉਹਨਾਂ ਨੇ ਪਿੰਡ ਦਾ, ਕੁਛ MP ਰਹੇ ਹੋ? ਹਾਂਜੀ ਕੀਤੇ ਜੀ ਕੰਮ ਤਾਂ। ਇਹ ਹਰਸਿਮਰਤ ਕੌਰ ਜੀ। ਕਿਉਂ? ਹੋਰ ਇਸ ਇਲਾਕੇ ਦੇ ਬਹੁਤ ਕੰਮ ਕਰੇ ਇਹਨਾਂ ਨੇ। ਹਾਂਜੀ ਮਿਲਦੇ ਗਿਲਦੇ ਪਿੰਡ ਵਾਲਿਆਂ ਨੂੰ? ਹਾਂਜੀ ਬਹੁਤ ਮਿਲਦੇ ਜੁਲਦੇ ਆ ਜੀ। ਤੁਸੀਂ ਕਿੰਨੀ ਵਾਰ ਮਿਲੇ ਹੋ? ਸਾਨੂੰ ਬਹੁਤ ਵਾਰੀ ਮਿਲਿਆ ਜੀ, 3-4 ਵਾਰੀ ਮਿਲੇ ਸਾਨੂੰ। ਕਿੰਨਾ ਚਿਰ ਹੋ ਗਿਆ? ਆਹਾ ਜਦੋਂ ਪਿਛਲੇ ਸਾਲ। ਮਤਲਬ ਜਦੋਂ ਲੋੜ ਪੈਂਦੀ ਹੈ ਸੁਣਦੇ ਆ ਗੱਲ? ਮਿਲਦੇ ਆ ਜੀ। ਹਾਂਜੀ ਸਾਡਾ ਗੁਆਂਢ ਮੱਥਾ ਜੀ, ਉਹੀ ਜਿੱਤੂਗੇ ਹਰ ਸੂਰਤ ਹੀ। ਕੰਮ ਕਾਰ ਕਰਦੇ ਪਿੰਡ 'ਚ? ਬਹੁਤ ਕੀਤਾ ਜੀ ਇਹਨਾਂ ਨੇ ਤੇ ਕਰਦੇ ਆ। ਮਿਲਦੇ ਗਿਲਦੇ? ਹਾਂਜੀ ਹਾਂ, ਜਾਈਦਾ ਕੋਠੀ 'ਚ ਮਿਲਦੇ ਹੈਗੇ। ਫਿਰ ਬਠਿੰਡਿਓ ਕੌਣ ਜਾ ਸਕਦਾ? ਇਹ ਤਾਂ ਟਾਈਮ ਹੀ ਦੱਸੋ ਜੀ, ਹੁਣ ਦਾ ਟਾਈਮ ਕੀ ਕਹਿੰਦਾ? ਹੁਣ ਦਾ ਟਾਈਮ ਆਈ ਤੀ ਤਾਂ ਕੋਈ ਸਮਝ 'ਚੋਂ ਬਾਹਰ ਆ। ਸਮਝ ਜਿੱਤੂ ਕਿ ਨਹੀਂ ਦੁਬਾਰਾ? ਚਾਂਸ ਹੈ ਵੀ ਅਤੇ ਨਹੀਂ ਵੀ। ਨਹੀਂ ਕਿਉਂ ਨਹੀਂ? ਮੁਕਾਬਲਾ ਰਾਜਾ ਵੜਿੰਗ ਦੇ ਨਾਲ ਆ, ਰਾਜਾ ਵੜਿੰਗ ਵੀ ਜਿੱਤ ਸਕਦਾ। ਹਰਸਿਮਰ ਨੇ ਕੁਛ ਕੀਤਾ ਕਿ ਨਹੀਂ ਦੱਸ? ਕੰਮ ਤਾਂ ਬਹੁਤ ਕੀਤੇ ਜੀ। ਫਿਰ ਕਿਉਂ ਹਾਰਨਗੇ? ਕੰਮ ਰਾਜਾ ਵੜਿੰਗ ਵੀ ਕਰਦੇ ਜੀ, ਕਾਂਗਰਸ ਵੀ ਕਰੀ ਜਾਂਦੀ ਹੈ। ਇਹ ਤਾਂ ਅਸੀਂ ਪਿੰਡ ਦੇ ਨੇ ਹੈਂ, ਅਤੇ ਉਹ ਕਿਵੇਂ ਏਡੀ ਦੂਰੋਂ ਆ ਕੇ ਤੁਹਾਡੇ ਪਿੰਡ ਕੰਮ ਕਰਕੇ? ਤੁਹਾਨੂੰ ਕਿੱਦਾਂ ਪਤਾ ਉਹ ਕੰਮ ਕਰਦੇ? ਨਹੀਂ ਬਾਦਲ ਹਰਸਿਮਰ ਕੌਰ ਤਾਂ ਬਾਦਲ ਦੇ ਆ ਨਾ, ਬਠਿੰਡੇ ਦੇ ਤਾਂ ਨਹੀਂ ਨਾ? ਹਾਂਜੀ ਹਾਂਜੀ, ਬਾਦਲ ਪਿੰਡ ਦੀ ਪੁੱਛ ਰਹੇ ਨਾ ਅਸੀਂ ਵੀ ਕੰਮ ਕਰ ਕੀਤੇ ਇਹਨਾਂ ਨੇ। ਕੰਮ ਕਾਰ ਤਾਂ ਕੀਤੇ ਜੀ, ਤੁਸੀਂ ਦੇਖ ਲਓ ਪਿੰਡ 'ਚ ਸਭ ਸਾਫ਼ ਸੁਥਰਾ ਹੈਗਾ, ਸਭ ਕੁਛ ਹੈਗਾ, ਸਕੂਲ ਕਾਲਜ ਸਭ ਕੁਛ ਹੈਗਾ। ਮਿਲਦੇ ਗਿਲਦੇ? ਹਾਂ ਮਿਲਦੇ ਗਿਲਦੇ। ਤੁਸੀਂ ਕਿੰਨੀ ਵਾਰ ਮਿਲੇ? ਅਸੀਂ ਤਾਂ ਆਮ ਤੌਰ 'ਤੇ ਮਿਲਦੇ ਰਹਿੰਦੇ ਜੀ। ਕਿੰਨੀ ਵਾਰ ਮਿਲੇ? 4-5 ਵਾਰੀ। ਲਾਸਟ ਵਾਰ ਕਦੋਂ ਮਿਲੇ? ਪਿੱਛੇ ਤਕਰੀਬਨ 3-4 ਮਹੀਨੇ ਪਹਿਲਾਂ। ਕੰਮ ਤਾਂ ਸੁਣਦੇ ਗਿਣਦੇ ਆ। ਹਾਂਜੀ ਹਾਂਜੀ ਹਾਂਜੀ। ਇਹੀ ਜੀ ਤੂੰ? ਇਹੀ ਕੌਣ? ਹਰਸਿਮਰਜੀਤ। ਅੱਛਾ ਕਿਉਂ? ਇਹ ਨਹੀਂ ਮੈਨੂੰ ਪਤਾ, ਇਹ ਮਾਲਕ ਨੂੰ ਪਤਾ। ਨਹੀਂ ਕੰਮ ਕਾਰ ਕੀਤਾ ਕੋਈ ਇਹਨਾਂ ਨੇ ਸਾਡੇ ਪਿੰਡ ਦਾ? ਨਹੀਂ ਮੈਂ ਤਾਂ ਪਾਸੇ ਤੋਂ ਹਾਂ, ਮੈਂ ਇਹ ਨਹੀਂ ਜਾਣਦਾ। ਅਤੇ ਮੈਂ ਤਾਂ ਤੁਹਾਨੂੰ ਇੰਨਾ ਦੱਸਤਾ ਵੀ ਜਿੱਤੂ ਗਏ ਪਿੰਡੇ ਹਰਸਿਮਰ ਧੋਰੀ ਬਾਦਲਾ ਰਹਿੰਦੀ ਆਸਮੀ ਦਾ ਯਾਰ। ਕਿਉਂ? ਹਾਂ ਇਹਨਾਂ ਦੇ ਹਾਲਾਤ ਲੱਗਦੇ ਹੈਗੇ, ਪਹਿਲਾਂ ਵੀ ਪਿਛਲੀ ਵਾਰ ਵੀ ਮੰਨ ਕੇ ਚਲੋ ਵੀ ਉਦੋਂ ਪਿਛਲੀ ਵਾਰ ਕੰਮ ਕੁੰਮ ਚੰਗੇ ਕਰੇ ਹੈਗੇ, ਐਤਕੀ ਥੋੜ੍ਹਾ ਜਿਹਾ ਆਊਟ ਜਿਹਾ ਲੱਗ ਰਿਹਾ ਹੈਗਾ, ਇਸ ਕਰਕੇ ਵੀ ਲੱਗਦਾ ਵੀ ਆਉਣ ਵਾਲੇ 'ਚ ਇਹੀ ਆਉਣਗੇ। ਪਿੰਡ ਵਾਲਿਆਂ ਨੂੰ ਮਿਲਦੇ ਗਿਲਦੇ ਆ? ਹਾਂ ਮਿਲਦੇ ਗਿਲਦੇ, ਸਾਡਾ ਪਿੰਡ ਤਾਂ ਕਾਲਚਨਾ ਨਹੀਂ ਆ, ਉੱਥੇ ਅਕਸਰ ਮਿਲ ਗਿਲਦੇ ਹੈਗੇ, ਅਸੀਂ ਵੀ ਆ ਸਕਦੇ ਹੈਗੇ, ਮਤਲਬ ਮਿਲ ਲੈਂਦੇ ਇੱਕ ਦੂਜੇ ਨੂੰ। ਹੁਣ ਸਾਨੂੰ ਅਸੀਂ ਉੱਥੇ ਜਾ ਕੇ ਤਾਂ ਮਿਲ ਨਹੀਂ ਸਕਦੇ ਉਹਨਾਂ ਨੂੰ, ਕਿਉਂਕਿ ਉੱਤੋਂ ਰਹਿਣਾ, ਤਾਂ ਕਰਕੇ ਆਸਮੀ ਦਾ ਸਾਨੂੰ। ਕੀ ਲੱਗਦਾ ਬਠਿੰਡੇ ਤੋਂ ਕੌਣ ਜਿੱਤ ਸਕਦਾ? ਬਾਦਲ ਹੀ ਜਿੱਤ ਸਕਦੀ ਸਾਡੇ, ਅਸੀਂ ਤਾਂ ਬਾਦਲ ਨੂੰ ਜਿਤਾਵਾਂਗੇ। ਕਿਉਂ? ਹੋਰ ਸਾਡੇ ਪਿੰਡ ਦੀ ਹੈ। ਬਸ ਇਹੋ ਇੱਕ ਕੰਮ ਕਾਰ ਵੀ ਕੀਤਾ ਕੋਈ? ਨਹੀਂ ਕੰਮ ਕਾਰ ਬਾਦਲ 'ਚ ਤਾਂ ਬਹੁਤ ਕਰੇ ਆ। ਦੂਜੇ ਜਿਹੜੇ ਰਾਜਾ ਵੜਿੰਗ, ਸੁਖਪਾਲ ਖਹਿਰਾ, ਬਲਜਿੰਦਰ ਕੌਰ, ਉਹ ਵੀ ਖੜੇ ਆ? ਉਹ ਖੜੇ ਤਾਂ ਹੈ, ਉੱਧਰ ਆਏ ਨਹੀਂ ਜੋ ਸਾਡੇ ਇੱਥੇ। ਨਹੀਂ ਰਾਜਾ ਵੜਿੰਗ ਤਾਂ ਰਾਤ ਕੱਟ ਕੇ ਗਏ ਸੀ। ਕੱਟ ਕੇ ਤਾਂ ਗਏ ਆ ਪਰ ਜਾਣਦੇ ਨਹੀਂ ਹੁਣ ਇੱਥੇ ਕਿੱਥੇ ਤਾਂ ਪਿੰਡ 'ਚ। ਰਾਜਾ ਵੜਿੰਗ ਤਾਂ ਰਾਤ ਹੁਣ ਵੋਟਾਂ ਕਰਕੇ ਕੱਟ ਗਿਆ, ਉਦੋਂ ਬਾਅਦ ਇੰਨਾ ਰਾਜਾ ਵੜਿੰਗ ਆਊਗਾ। ਕੀ ਲੱਗਦਾ ਤੁਹਾਨੂੰ ਐਤਕੀ ਬਠਿੰਡਿਓ ਕੌਣ ਜਿੱਤ ਸਕਦਾ? ਯਾਰ ਬੀਬਾ ਹਰਸਿਮਰਤ ਕੌਰ ਬਾਦਲ ਹੀ ਜਿੱਤ ਸਕਦੀ। ਕੀ ਗੱਲ ਹੋ ਗਈ? ਦਿਲ ਮੰਨਦਾ ਹੈ ਵੀ ਸਾਡੇ ਹਲਕੇ 'ਚ ਤਾਂ ਇੱਧਰ ਵੀ ਹੋਰ ਕੋਈ ਹੈ ਨਹੀਂ ਨਾ, ਕਿਸੇ ਨੇ ਕੰਮ ਧੰਦਾ ਕੁਛ ਕੀਤਾ ਹੀ ਨਹੀਂਗਾ। ਜਿੰਨਾ ਵੀ ਵਿਕਾਸ ਕੀਤਾ ਬਾਲ ਸਾਹਿਬ ਕਹਿੰਦੇ ਕੀਤਾ, ਅਤੇ ਇਲਜ਼ਾਮ ਬੜੇ ਲੱਗ ਰਹੇ ਨੇ ਐਤਕੀ, ਕਹਿੰਦੇ ਬੇਅਦਬੀਆਂ ਕਰਵਾਈਆਂ, ਉਹ ਆਈਏ ਲੱਗੇ ਜਾਂਦੇ ਆ, ਫਿਰ ਹਰ ਵੀ ਕਹਿਣਾ ਸਰਕਾਰ ਵੀ ਚਲ ਗਈ ਤਾਂ ਹੀ ਐਂ, ਤਾਂ ਉਹ ਕੀ ਪਤਾ ਯਾਰ ਆਪਾਂ ਕਿਹੜਾ ਹੁਣ
ਵੀ ਆਪਦੇ ਅੱਖੀਂ ਵੇਖਿਆ ਵੀ ਉਹਨਾਂ ਨੇ ਕੀ ਕੀਤਾ ਕਿ ਨਹੀਂ ਤੁਹਾਡੇ ਲਈ ਮਤਲਬ ਠੀਕ ਹੈ ਹੋ ਸਕਦਾ ਵੀ ਸਾਡਾ ਤਾਂ ਯਾਰ ਗਰੀਬਾਂ ਦਾ ਬਹੁਤ ਹੀ ਕਰਦੇ ਆ ਕਮਰੇ ਕੁਮਰੇ ਹੋਰ ਆ ਵਾਟਰ ਬਕਸ ਹੈ ਸਾਡੇ ਹਲਕੇ 'ਚ ਤਾਂ ਕੱਢਤੀ ਬੰਬ ਇਹਨਾਂ ਨੇ ਊਂ ਵੀ ਆਖਣ ਨੂੰ ਭਰਾ ਕੁਛ ਮਰਜ਼ੀ ਆਖੀ ਜਾਵੇ ਕੋਈ ਕਿ ਨਹੀਂ ਰਾਜਾ ਵੜਿੰਗ ਰਾਤ ਕੱਟ ਕੇ ਗਏ ਇੱਥੇ ਪਿੰਡ ਐਂ ਤਾਂ ਫਿਰ ਯਾਰ ਵੋਟਾਂ ਦਾ ਕਰਕੇ ਹਰੇਕ ਤੁਰਿਆ ਹੀ ਫਿਰਦਾ ਕਿ ਨਹੀਂ ਬਾਅਦ 'ਚ ਵੀ ਆਉਣਗੇ ਰਾਤਾਂ ਕੱਟਣ ਬਾਅਦ 'ਚ ਵੀ ਇੱਥੇ ਬਾਅਦ 'ਚ ਇੱਥੇ ਕਿਹਨੇ ਆਉਣਾ ਗਾ ਹੈਂ ਇਹ ਨੇੜੇ ਦੇ ਹੈਗੇ ਲਾ ਲਓ ਜਾਂ ਤਾਂ ਸਾਡੇ ਤਾਂ ਵੀ ਸਾਨੂੰ ਤਾਂ ਇਹ ਬਹੁਤ ਵਧੀਆ ਲੱਗਦਾ ਜਦੋਂ ਜੀ ਕਰਦਾ ਉਦੋਂ ਜਾ ਵੱਜਦੇ ਆ ਅੱਛਾ ਵੜਨ ਦਿੰਦੇ ਤੁਹਾਨੂੰ ਅੰਦਰ ਹਾਂ ਕੋਈ ਦਿੱਕਤ ਨਹੀਂ ਗੀ ਉਹ ਸਿਕਿਉਰਿਟੀ ਬਹੁਤ ਖੜੀ ਉੱਥੇ ਸਿਕਿਉਰਿਟੀ ਤਾਂ ਬਹੁਤ ਖੜੀ ਐਂ ਫਿਰ ਜਾਜੂ ਵੜਦੇ ਐਂ ਤਾਂ ਐਂ ਥੋੜ੍ਹਾ ਰੋਕਦੇ ਆ ਉਹ ਕੋਈ ਮਰਜ਼ੀ ਜਾਂਦੇ ਇਹਨਾਂ ਨੂੰ ਰੋਕਦੇ ਮਤਲਬ ਨਹੀਂ ਰੋਕਦੇ ਨਹੀਂ ਸਾਡੇ ਪਿੰਡ ਤਾਂ ਚੰਨੂ ਆ ਵੈਸੇ ਅਤੇ ਮਿਲਦੇ ਗਿਲਦੇ ਆ ਵੀ ਮਿਲਦੇ ਗਿਲਦੇ ਆ ਹਾਂ ਵਧੀਆ ਇਹਦੀ ਛੱਤ ਲੱਗੀ ਹੈ 500 ਵੋਟ ਸਾਡੇ ਪਿੰਡ 'ਚੋਂ ਵਧੂਗੀ ਮੇਰੇ ਪਿੰਡ 'ਚੋਂ ਮਨ ਨਾਲ ਕਿਹਨੂੰ ਪਊਗੀ ਹਰਸਿਮਰਤ ਕੌਰ ਨੂੰ ਜਿੱਤਣਗੇ ਕੌਣ ਫਿਰ ਹਾਂਜੀ 500 ਵਧੂਗੀ ਅੱਗੇ ਨਾਲੋਂ ਜਿੱਤੂਗਾ ਕੌਣ ਹਰਸਿਮਰਤ ਕੌਰ ਕਿਉਂ ਕਿਉਂ ਕਾਹਦੀ ਕੀ ਗੱਲ ਇਦੋਂ ਪਹਿਲਾਂ ਕਾਂਗਰਸ ਨੇ ਕੀਤਾ ਕੀ ਹੈ ਕਿਸੇ ਦਾ ਕਰਿਆ ਕੁਛ ਦੱਸੋ ਨਹੀਂ ਕਰਿਆ ਇਹ 10 ਸਾਲ MP ਰਹਿ ਕੀਤਾ ਕੁਛ ਇਹਨਾਂ ਨੇ ਹਾਂਜੀ ਇਹਨਾਂ ਨੇ ਬਹੁਤ ਕੁਛ ਕੀਤਾ ਜੀ ਬਹੁਤ ਹੀ ਜ਼ਿਆਦਾ ਕੁਛ ਕੋਈ ਪਿੰਡ ਦਾ ਵੇਖੋ ਗਲੀਆਂ ਨਾਲੀਆਂ ਕਿਉਂ ਜੀਆਂ ਸੜਕਾਂ ਬਣ ਗਈਆਂ ਅਤੇ ਤਾਂ ਹੀ ਤਾਂ ਲੋਕ ਇਹਨਾਂ ਨੂੰ ਯਾਦ ਕਰੀ ਜਾਂਦੇ ਆ ਇਹਨਾਂ ਨੂੰ ਤਾਂ ਹੀ ਯਾਦ ਕਰਦੇ ਜੀ ਹਰਸਿਮਰਤ ਜਿੱਤਣਗੇ ਕਿ ਨਹੀਂ ਹਰਸਿਮਰਤ ਦਾ ਕੋਈ ਨਹੀਂ ਕੰਮ ਕਾਰ ਕਰਦੇ ਪਿੰਡ ਦੇ ਕੰਮ ਕਾਰ ਕਰਦਾ ਕਰੀ ਜਾਂਦੇ ਵਿੱਚੇ ਨਹੀਂ ਵੀ ਵਿੱਚੇ ਕਰੀ ਵੀ ਜਾਂਦੇ ਮਿਲਦੇ ਗਿਲਦੇ ਮਿਲਦੇ ਗਿਲਦੇ ਕੰਮ ਕਾਰ ਹੁੰਦਾ ਕੋਈ ਕਿ ਸਿਰਫ ਮਿਲਦੇ ਗਿਲਦੇ ਮਿਲਦੇ ਗਿਲਦੇ ਕੰਮ ਨਹੀਂ ਹੁੰਦਾ ਕੰਮ ਨਹੀਂ ਕਰਦਾ ਕੰਮ ਕੋਈ ਖਾਸ ਕਰਕੇ ਨਹੀਂ ਹੁੰਦਾ ਐਤਕੀ ਤਾਂ ਰਾਲੇ ਬਣਗ ਨੂੰ ਜਿੱਤਾ ਦਿਓ ਕਿਤੇ ਕਾਂਗਰਸ ਨੂੰ ਮੋਟਾ ਪਾ ਦਿਓ ਐਤਕੀ ਕੋਈ ਲੋਕਾਂ ਦਾ ਕਠੂਏ ਨਹੀਂ ਆਉਂਦਾ ਲੋਕਾਂ ਦੇ ਕੀ ਲੱਗਦਾ ਹਰਸਿਮਰਤ ਬਾਦਲ ਦੀ ਨੂੰਹ ਜਿੱਤੂਗੀ ਐਤਕੀ ਕਿ ਨਹੀਂ ਲੱਗਦਾ ਬੇਟਾ ਜਿੱਤਣਗੇ ਮਿਲਦੇ ਗਿਲਦੇ ਇੱਥੇ ਕੰਮ ਕਾਰ ਕਰਦੇ ਆ ਕਰਦੇ ਆ ਸਾਨੂੰ ਬਹੁਤ ਇਹਨਾਂ ਦਾ ਆਸਰਾ ਹੈਗਾ ਆਪਦੇ ਪਿੰਡ ਦਾ ਬਹੁਤ ਆਸਰਾ ਹੁੰਦਾ ਹਾਂ ਅਤੇ ਹਰ ਦੁੱਖ ਸੁੱਖ ਵੀ ਸੁਣਦੇ ਵੇਲੇ ਕਿ ਵੇਲੇ ਜਾਂਦੇ ਤਾਂ ਸਾਨੂੰ ਤਾਂ ਬਹੁਤ ਚੰਗੀ ਚੀਜ਼ ਆ ਅਸੀਂ ਤਾਂ ਇਹੀ ਜਿੱਤਣ ਅਤੇ ਜਿੱਤਣਗੇ ਵੀ ਨਹੀਂ ਬਾਦਲ ਦੀ ਨੂੰਹ ਮਿਲਦੀ ਤੁਹਾਨੂੰ ਕਿ ਨਹੀਂ ਮਿਲਦੀ ਹੁੰਦੇ ਪੁੱਛਦੇ ਆ ਸਾਰਾ ਕੁਛ ਦੁੱਖ ਸੁੱਖ ਪਿੰਡ ਦਾ ਗੇੜਾ ਲਾਉਂਦੇ ਆ ਪਿੰਡ ਦਾ ਗੇੜਾ ਟਾਈਮ ਲੱਗੇ ਤਾਂ ਬਾਲ ਸਾਹਿਬ ਵੀ ਸਾਰੇ ਦੁੱਖ ਸੁੱਖ 'ਤੇ ਪੁੱਛਦੇ ਘਰੀ ਘਰੀ ਆ ਕੇ ਆਪ ਆਉਂਦੇ ਆਪ ਮੇਰੀ ਬੇਟੀ ਮਰਗੀ ਸੀ ਆਏ ਆਪ ਲੱਤ ਜਿਹਦੇ ਵੀ ਹੋਵੇ ਨਾ ਦੁੱਖ ਸੁੱਖ 'ਤੇ ਜ਼ਰੂਰ ਬਾਲ ਸਾਹਿਬ ਆਉਂਦੇ ਆ ਹਰ ਇੱਕ ਦਾ ਪੁੱਛਦੇ ਆ ਅਸੀਂ ਬਈ ਸਾਡਾ ਬਹੁਤ ਕਰਦੇ ਹੈਗੇ ਅਸੀਂ ਨਹੀਂ ਕਹਿੰਦੇ ਜ਼ਿੰਦਗੀ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਅਤੇ ਜੁੜੇ ਰਹਾਂਗੇ ਅਤੇ ਜਿੱਤਣਗੇ ਜ਼ਰੂਰ ਜਿੱਤਣਗੇ ਜਿੱਤੂਗੇ ਜੀ ਕਿਉਂ ਵਧੀਆ ਲੱਗਦੀ ਜੀ ਸਾਨੂੰ ਵਧੀਆ ਪਸੰਦ ਆ ਉਹਦੀ ਕਿਉਂ ਵਧੀਆ ਲੱਗਦੀ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰਿਆ ਉਹਨੇ ਪਿੰਡ ਦੇ ਮਿਲਦੇ ਗਿਲਦੇ ਆ ਹਾਂਜੀ ਬਹੁਤ ਵਧੀਆ ਸਾਡੀ ਗੱਲ ਸੁਣਦੇ ਵਧੀਆ ਜਦੋਂ ਕੋਠੀ ਜਾਂਦੇ ਆ ਹਾਂਜੀ ਕਾਂਗਰਸੀ ਤੇ ਕਹਿੰਦੇ ਆ ਵੀ ਪਿੰਡ 'ਚ ਕਦੀ ਵੜੇ ਨਹੀਂ ਹਰਸਿਮਰਤ ਨਹੀਂ ਜੀ ਜ਼ਰੂਰ ਜਾਂਦੇ ਕਹਿ ਸਕਦੇ ਪਰ ਸਾਡੇ ਵਾਸਤੇ ਬਹੁਤ ਵਧੀਆ ਹੈਗੇ ਹਾਂ ਸਾਡੇ ਵਾਸਤੇ ਜੀ ਬਹੁਤ ਵਧੀਆ ਹਾਂ ਜਿੱਤੂਗੀ ਜੀ ਜਿੱਤੂਗੀ ਕੰਮ ਕਾਰ ਕਰਦੇ ਪਿੰਡ ਦਾ ਹਾਂਜੀ ਵਾਧੂ ਕਰਦੇ ਜੀ ਮਿਲਦੇ ਗਿਲਦੇ ਕਿ ਨਹੀਂ ਮਿਲਦੇ ਵਾਧੂ ਮਿਲਦੇ ਰਾਜਾ ਵੜਿੰਗ ਆਇਆ ਸੀ ਕਾਂਗਰਸ ਦਾ ਕੱਲ੍ਹ ਪਰਸੋਂ ਇੱਥੇ ਬਾਦਲ ਪਿੰਡ ਉਹ ਉਹਨਾਂ ਦਾ ਨਹੀਂ ਸਾਨੂੰ ਪਤਾ ਉਹ ਕਹਿੰਦੇ ਆ ਵੀ ਹਰਸਿਮਰਤ ਤਾਂ ਮਿਲਦੀ ਨਹੀਂ ਪਿੰਡ ਵਾਲਿਆਂ ਨੂੰ ਮਿਲਦੀ ਕਿ ਨਹੀਂ ਵਾਧੂ ਮਿਲਦੀ ਹੈ ਹਾਂ ਅਸੀਂ ਆਪ ਜਾਂਦੇ ਹਾਂ ਕੋਠੀ 'ਚ ਹਾਂਜੀ ਵਾਧੂ ਮਿਲਦੀ ਹੈ ਵਧੀਆ ਗੱਲਾਂ ਬਾਤਾਂ ਕਰਦੀ ਹੈ ਅਸੀਂ ਬੈਠੇ ਰਹਿੰਦੇ ਸਾਰੇ ਹਾਂਜੀ
ਮੌਜਾਂ ਲੱਗੀਆਂ? ਹਾਂਜੀ ਸਾਨੂੰ ਮੌਜਾਂ ਬਹੁਤ ਹੈ। ਹਾਂਜੀ ਹਰਸਿਮਰਤ ਨਾਲ ਤੇ ਬਾਲਸ ਨਾਲ ਮੌਜਾਂ ਹੀ ਆ ਸਾਨੂੰ। ਮੌਜਾਂ ਹੀ ਆ ਸਾਡਾ ਮੁੱਖ ਮੰਤਰੀ ਆ ਪਿੰਡ ਦਾ, ਅਸੀਂ ਜਾਣੇ ਹੁਣ ਆਦੇ ਪਿੰਡਾਂ ਹੀ ਜਿੱਤੂਗਾ, ਜਿੱਤੂਗੀ ਵੀ ਸਿਮਰਤ ਕੌਰ ਬਾਦਲ ਜਿੱਤਣਗੇ ਬੇਟਾ। ਹੁਣ ਆਪਾਂ ਤਾਂ ਨਹੀਂ ਵੀ ਜਿੱਤਣ ਉਹ। ਹਾਂ ਕਿਉਂ ਆਂਦੇ ਕਿ ਨਹੀਂ ਆਪਾਂ ਤੇ ਪਿੰਡ ਦੇ ਆ ਉਹ। ਹਾਂ ਸਾਡੇ ਪਿੰਡ ਦੇ ਆ, ਸਾਡੇ ਮੁੱਖ ਆ ਉਹ। ਸਿਰਫ ਪਿੰਡ ਕਰਕੇ ਕਿ ਕੰਮ ਕਾਰ ਵੀ ਕਰਦੇ ਬੇਟਾ? ਪਿੰਡ ਸਾਡਾ ਪਿੰਡ ਵੀ ਹੈ ਅਤੇ ਸਾਡੇ ਕੰਮ ਵੀ ਹੁੰਦੇ ਸਾਰਾ ਕੁਛ ਹੀ। ਕਾਂਗਰਸੀ ਕਹਿੰਦੇ ਮਿਲਦੇ ਗਿਲਦੇ ਨਹੀਂ ਪਿੰਡ ਵਾਲੇ ਨੂੰ? ਕੌਣ? ਹਰਸਿਮਰਤ? ਨਹੀਂ ਬੇਟਾ ਮਿਲਦੀ ਮਿਲਦੀ ਕਿਉਂ ਨਹੀਂ ਗੀ। ਹਾਂ ਮਿਲਦੀ। ਦੁਬਾਰਾ ਐਮ ਪੀ ਬਣਨਗੇ ਫਿਰ? ਜ਼ਰੂਰ। ਕੀ ਲੱਗਦਾ ਜੀ ਹਰਸਿਮਰਤ ਕੌਰ ਬਾਦਲ ਦੁਬਾਰਾ ਜਿੱਤਣਗੇ? ਹਾਂ ਜੀ ਜਿੱਤਣਗੇ, ਅਸੀਂ ਤਾਂ ਪੂਰਾ ਜ਼ੋਰ ਲਾਉਂਦੇ ਆ ਵੀ ਜਿੱਤੇ। ਹਾਂਜੀ ਕਿਉਂ ਜ਼ੋਰ ਲਾਉਂਦੇ? ਵੋਟਾਂ ਪਾਵਾਂਗੇ ਹੋਰ ਕਿਵੇਂ, ਸਾਰੇ ਆਪਦੇ ਪਿੰਡ ਦੇ ਆ ਸਾਡੇ, ਸਾਨੂੰ ਤਾਂ ਬਹੁਤ ਸਹਾਰਾ ਇਹਨਾਂ ਦਾ ਜੇ ਜਿੱਤਣਗੇ ਤਾਂ। ਕਾਹਦਾ ਸਹਾਰਾ, ਮਤਲਬ ਕੰਮ ਕਾਰ ਕਰਦੇ? ਹਾਂਜੀ ਕੰਮ ਵੀ ਕਰਨਗੇ ਜੀ, ਸਾਡਾ ਕਰਦੇ ਹੀ ਹੈ ਅਤੇ ਹੋਰ ਸਾਨੂੰ ਪਿੰਡ ਦੇ ਤਾਂ ਆਪਦੇ ਵਧੀਆ ਹੁੰਦਾ ਜੇ ਜਿੱਤੇ ਤਾਂ। ਮਿਲਦੇ ਗਿਲਦੇ ਵੀ ਕਿ ਬਸ ਦਿੱਲੀ ਬੈਠੇ ਰਹਿੰਦੇ? ਨਹੀਂ ਜੀ ਆਉਂਦੇ ਇੱਥੇ ਮਿਲਦੇ ਵੀ ਹੈ, ਹੁਣ ਘਰਾਂ 'ਚ ਵੀ ਆਉਣਗੇ, ਕਹਿੰਦੇ ਸੀ ਆਵਾਂਗੇ ਤੁਹਾਡੇ ਪਿੰਡ 'ਚ ਜਦੋਂ ਕਿਤੇ ਲੋੜ ਪੈਂਦੀ, ਸੁਣਦੇ ਕਹਿੰਦੇ? ਹਾਂਜੀ ਸੁਣਦੇ ਆ ਗੱਲ ਸਾਡੀ ਅਤੇ ਵਧੀਆ ਸਾਨੂੰ ਤਾਂ। ਪਰਿਵਾਰ 'ਚੋਂ ਸਾਰਾ ਜ਼ਿਆਦਾ ਕਿਹੜਾ ਮਿਲਦਾ ਤੁਹਾਨੂੰ ਆ ਕੇ ਮੈਂਬਰ ਉਹਨਾਂ ਦਾ, ਬਾਦਲ ਪਰਿਵਾਰ ਦਾ? ਬਾਦਲ ਸਾਹਿਬ ਆਪ ਵੀ ਆਉਂਦੇ ਜੇ ਕੋਈ ਦੁੱਖ ਸੁੱਖ ਹੁੰਦਾ ਸਾਡੇ ਘਰਾਂ ਦੇ ਵਿੱਚ, ਵਿਹੜੇ 'ਚ ਜੇ ਕੋਈ ਵੀ ਗੱਲ ਹੋਵੇ ਤਾਂ ਆਉਂਦੇ ਆ, ਗੱਲ ਸੁਣ ਕੇ ਜਾਂਦੇ ਆ, ਵੀ ਦੁੱਖ ਸੁੱਖ ਵੀ ਕਰਦੇ ਆ ਜੇ। ਹਾਂਜੀ ਸਾਡੇ ਬੀਬਾ ਜਿੱਤੂ ਜੀ, ਕੀ ਗੱਲ ਗੱਲ ਕੀ ਆ, ਉਹਨਾਂ ਨੇ ਕੰਮ ਵੀ ਬੜੇ ਚੰਗੇ ਕੀਤੇ ਆ ਸਾਡੇ, ਬਹੁਤ ਜ਼ਿਆਦਾ ਕੰਮ ਕੀਤੇ ਉਹਨੇ। ਜਿਵੇਂ ਕਿ? ਜਿਵੇਂ ਸਾਡੇ ਵੀ ਆ ਗਲੀਆਂ ਨਾਲੀਆਂ ਲਾ ਲਓ, ਸੜਕਾਂ ਲਾ ਲਓ, ਸਕੂਲਾਂ 'ਚ ਲਾ ਲਓ, ਕੋਈ ਕਸਰ ਹੀ ਨਹੀਂ ਛੱਡੀ। ਮਿਲਦੇ ਗਿਲਦੇ? ਹਾਂਜੀ ਮਿਲਦੇ ਆ ਪੂਰੇ ਵਧੀਆ। ਕੀ ਲੱਗਦਾ ਜੀ ਇਸ ਵਾਰ ਬੀਬਾ ਹਰਸਿਮਰਤ ਠੀਕ ਆ, ਜਿੱਤੂਗੀ ਜੀ ਉਹ? ਹਾਂ ਜਿੱਤੂਗੀ। ਕਿਉਂ ਜਿੱਤੂਗੀ? ਅਸੀਂ ਪਿੰਡ ਦੇ, ਅਸੀਂ ਬਾਹਰ ਨੂੰ ਵੋਟ ਕੇ ਪਾਉਣੇ ਜੀ, ਪਿੰਡ ਦੇ ਨਹੀਂ ਪਾਵਾਂਗੇ, ਪਿੰਡ ਦੇ ਨਹੀਂ ਪਾਵਾਂਗੇ। ਠੀਕ ਹੈ। ਹਰਸਿਮਰਤ ਜਿੱਤੂ? ਹਾਂਜੀ ਜਿੱਤੂਗੀ। ਕੀ ਲੱਗਦਾ? ਹਾਂਜੀ ਜਿੱਤੂਗੀ ਜੀ। ਕਿਉਂ? ਕਿਉਂ ਕਹਿੰਦੀ ਕੰਮ ਬਹੁਤ ਕਰਿਆ ਜੀ, ਪੂਰੇ ਬੱਚੇ ਬੱਚੇ ਲਵਾਏ, ਚੰਗਾ ਕੰਮ ਕਰਿਆ ਜੀ। ਹਾਂਜੀ ਰਾਜਾ ਵੜਿੰਗ ਆਇਆ ਸੀ, ਰਾਤ ਕੱਟੀ ਉਹਨੇ ਇੱਥੇ, ਉਹ ਤਾਂ ਕਹਿੰਦਾ ਮਿਲਦੇ ਗਿਲਦੇ ਨਹੀਂ ਗਏ? ਨਹੀਂ ਪਰ ਕੋਈ ਪਤਾ ਨਹੀਂ ਸਾਨੂੰ ਤਾਂ ਜੀ, ਰਾਜੇ ਵੜਿੰਗ ਦਾ ਕੋਈ ਨਹੀਂ ਜੀ, ਅਸੀਂ ਤਾਂ ਆਪਣੇ ਪਿੰਡ ਦੇ ਮਸਲੇ 'ਚ ਆ ਜੀ, ਪਿੰਡ ਨੂੰ ਬਟ। ਹਾਂ ਮਿਲਦੇ ਗਿਲਦੇ ਹਰਸਿਮਰਤ? ਆਪਾਂ ਤੁਹਾਨੂੰ ਨਹੀਂ ਮਿਲਦੇ? ਆਪਾਂ ਬੁਲਾਏ। ਠੀਕ ਹੈ, ਕੀ ਲੱਗਦਾ ਹਰਸਿਮਰਤ ਉਹ ਦੁਬਾਰਾ ਜਿੱਤਣਗੇ? ਪੱਕਾ ਪੱਕਾ ਜਿੱਤਣਗੇ। ਕੀ ਗੱਲ ਗੱਲ ਕੋ ਕੰਮ ਬਹੁਤ ਕਰਿਆ ਸਾਡੇ ਇੱਥੇ ਪਿੰਡ 'ਚ, ਬਾਕੀ ਸਾਡੇ ਪਿੰਡ ਦੇ ਆ, ਹਾਂ ਸਾਡੇ ਸਰਦਾਰ ਆ ਪਿੰਡ ਦੇ। ਰਾਜਾ ਵੜਿੰਗ ਤੇ ਕਹਿੰਦਾ ਮਿਲਦੇ ਗਿਲਦੇ, ਕੌਣ ਜਾਣਦਾ ਜੀ ਇੱਥੇ ਨਵਾਂ ਬੰਦਾ ਉਹ, ਰਾਤ ਕੱਟੀ ਉਹਨਾਂ ਨੇ ਇੱਥੇ, ਕੱਟਦੇ ਫਿਰ ਕੀ ਹੋ ਗਿਆ ਜੀ, ਐਂ ਤਾਂ ਫਿਰਦੇ ਰਹਿੰਦੇ, ਮੁਸਾਫਰ ਆ ਕੇ ਕੱਢਦੀ ਆ, ਮੁਸਾਫਰ ਪਿੰਡਾਂ 'ਚ ਹੀ ਕੱਢਦੇ ਆ, ਯਾਰ ਕੋਲੇ ਗੱਡੀ ਹੈ ਨਹੀਂ ਸੀਗੀ ਉਹਦੇ ਕੋਲੇ ਜਾਣ ਨੂੰ। ਕੀ ਲੱਗਦਾ ਹਰਸਿਮਰਤ ਆਉਣਗੇ ਦੁਬਾਰਾ? ਜਿੱਤੂਗੀ ਜੀ, ਬਹੁਤ ਵੋਟਾਂ ਦੇ, ਬਹੁਤ ਵੋਟਾਂ ਦੇ ਜਿੱਤੂਗੀ। ਕਿਉਂ? ਅਕਾਲੀ ਦਲ ਹੀ ਕੰਮ ਕਰਦਾ, ਕਾਂਗਰਸ ਕਿਹੜੇ ਕੰਮ ਕਰਦੀ ਆ? ਕੀ ਕੀਤਾ ਕੈਪਟਨ ਨੇ? ਰਾਜੇ ਨੂੰ ਕੌਣ ਜਾਣਦਾ ਇੱਥੇ, ਕੈਪਟਨ ਆਪਦਾ ਸੰਭਾਲ ਲਏ ਬਹੁਤ ਆ, ਰਾਜੇ ਨੂੰ ਕਿੱਥੋਂ ਜਿਤਾ ਦੂਗਾ? ਜਿੱਤੂਗੀ। ਖੈਰੇ ਨੂੰ ਕੀ ਆਖਣਾ, ਉਹਦਾ ਵਿਚਾਰਾ ਉਹਨੇ ਤਾਂ ਖੜਨਾ ਹੀ ਆ, ਉਹਦਾ ਰੁੱਸਿਆ ਹੈਗਾ, ਉਹਦਾ ਰੁੱਸੇ ਨੇ ਆਪਦਾ ਰੋਸ ਦਿਖਾਉਣਾ ਹੀ ਆ। ਝਾੜੂ ਵਾਲੇ? ਝਾੜੂ ਵਾਲੇ ਆਪਦਾ ਜ਼ੋਰ ਲਾਉਂਦੇ ਆ, ਪਰ ਜਿੱਤਦੇ ਉਹ ਹੀ ਨਹੀਂ, ਉਹ ਤਾਂ ਆਵੀ ਦੀ ਫਸ ਗਏ ਦੋਨੇ, ਖੈਰਾ ਤੇ ਵੀ, ਹਾਂ ਆਵੀ ਦੀ ਫਸ ਗਏ, ਆਵੀ ਦੀ ਇੱਕ ਦੂਜੇ ਨੂੰ ਉਲਟ ਛੱਡਣਗੇ। ਰਾਜਾ ਵੜਿੰਗ ਕਹਿੰਦਾ ਕਿ ਬੀਬੀ ਮਿਲਦੇ ਨਹੀਂ ਕਿਸੇ ਨੂੰ? ਮਿਲਦੇ ਆ, ਮਿਲਦੇ ਕਿਉਂ, ਸਾਡੇ ਤਾਂ ਪਰਿਵਾਰ ਆ ਉਹ ਯਾਰ, ਮਿਲਦੇ ਕਿਉਂ ਨਹੀਂ, ਜਿੰਨਾ ਚਿਰ ਬਾਬਾ ਬਾਦਲ ਬੈਠਾ ਉਹਨੂੰ ਹਰਾਉਣ ਵਾਲਿਆਂ ਨੇ ਕੋਈ, ਬਸ ਗੱਲ ਨਿਬੜ ਗਈ। ਮੋਢਾ ਉਹ ਜਿੰਨਾ ਚਿਰ ਮੋਢਾ ਹੈਗਾ ਉਹਨੂੰ ਹਰਾਉਣ ਵਾਲੇ ਕੋਈ, ਕੰਮ ਕਰ ਪਿੰਡ ਦੇ ਮਿਲਦੇ ਗਿਲਦੇ ਵਾਧੂ ਵਾਧੂ, ਅਸੀਂ ਪਰਿਵਾਰ ਨੂੰ ਜਾ ਕੇ ਪੈਂਦੇ ਉਹਨਾਂ ਦੇ ਵਿੱਚ, ਕਰਾਇਆ ਜਿੰਨਾ ਬਠਿੰਡੇ ਦਾ ਵਾਸ ਕਰਾਇਆ ਸਾਰਾ ਬੀਬਾ ਨੇ ਕਰਾਇਆ, ਵੱਡਾ ਹਸਪਤਾਲ ਲਿਆਂਦਾ, ਕਿੱਡੇ ਕਿੱਡੇ ਕਾਰਖਾਨੇ ਲਿਆਂਦੇ, ਕਿੰਨੀਆਂ ਸੜਕਾਂ ਬਣਾਈਆਂ, ਬਠਿੰਡੇ ਦੀ ਰੂਹ ਬਦਲਤੀ, ਲੁਧਿਆਣਾ ਬਣਾਤਾ,
ਤੇ ਫਿਰ ਬੀਬਾ ਕਿਵੇਂ ਹਾਰੂਗੀ? ਸਾਡਾ ਤਾਂ ਬਾਦਲ ਹੀ ਹੈ ਬਈ, ਅਸੀਂ ਤਾਂ ਉਹਨੂੰ ਜਿਤਾਵਾਂਗੇ। ਹਾਂ, ਬਾਦਲ ਨੂੰ ਜਿਤਾਵਾਂਗੇ ਅੱਜ ਤਾਂ। ਹਾਂਜੀ, ਸੋ ਇਹ ਸੀਗੇ ਬਾਦਲ ਪਿੰਡ ਦੇ ਲੋਕ, ਜਿਨ੍ਹਾਂ ਨੇ ਸਾਫ਼ ਅਤੇ ਸਪਸ਼ਟ ਤੌਰ 'ਤੇ ਕਹਿ ਦਿੱਤਾ ਹੈ ਕਿ ਉਹ ਹਰਸਿਮਰਤ ਕੌਰ ਬਾਦਲ ਤੋਂ ਪੂਰੀ ਤਰ੍ਹਾਂ ਖੁਸ਼ ਨੇ ਅਤੇ ਬਾਦਲ ਪਿੰਡ ਤੋਂ ਤਾਂ ਘੱਟੋ ਘੱਟ ਹਰਸਿਮਰਤ ਕੌਰ ਬਾਦਲ ਹੀ ਜਿੱਤਣਗੇ। ਕਾਫ਼ੀ ਉਹਨਾਂ ਦੀ ਇਮੇਜ ਬਣਾਈ ਜਾ ਰਹੀ ਸੀ ਕਿ ਪਿੰਡ ਦੇ ਵਿੱਚ ਵੜਦੇ ਨਹੀਂ, ਮਿਲਦੇ ਨਹੀਂ, ਪਰ ਲੋਕਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਿੰਡ ਦੇ ਵਿੱਚ ਵੜਦੇ ਵੀ ਨੇ, ਮਿਲਦੇ ਵੀ ਨੇ। ਖਾਸ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ, ਕੋਈ ਮਰਗ ਹੋ ਜਾਵੇ, ਕਿਸੇ ਦੇ ਘਰ ਖੁਸ਼ੀ ਹੋਵੇ, ਗਮੀ ਹੋਵੇ, ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਪਹੁੰਚਦੇ ਨੇ ਬਾਦਲ ਪਿੰਡ। ਇਸ ਹਿਸਾਬ ਦੇ ਨਾਲ ਜੋ ਅਸੀਂ ਇੱਥੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ, ਉਸ ਹਿਸਾਬ ਦੇ ਨਾਲ ਬਾਦਲ ਪਿੰਡ ਅਜੇ ਵੀ ਬਾਦਲ ਪਰਿਵਾਰ ਦੇ ਨਾਲ ਹੀ ਖੜ੍ਹਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ।